ਬੈਂਕ ਚ ਪੈਸੇ ਪਹਿਲਾਂ ਇਹਨਾਂ ਨੇ ਜਮੇ ਕਰਾਏ ਨੇ, ਫਿਰ ਕੁਛ ਪੈਸੇ ਇਹਨਾਂ ਨੇ ਮੋਗਾ ਜਿਊਲਰ ਜਿਹੜੇ ਹੈਗੇ ਨੇ ਉਹਨਾਂ ਦੇ ਦੇਣੇ ਸੀਗੇ, ਕੁਛ ਗਹਿਣੇ ਬਣਵਾਏ ਸੀ ਇਹਨਾਂ ਨੇ ਪਿਛਲੇ ਦਿਨਾਂ ਚ, ਉਹਦੇ ਪੈਸੇ ਦੇਣ ਲਈ ਜਦੋਂ ਜਾ ਰਹੇ ਸੀ ਤਾਂ ਇੱਕ ਵਰਨਾ ਕਾਰ ਪਿੱਛੋਂ ਆਈ ਤੇ ਉਹਦੇ ਚੋਂ ਇੱਕ ਜਵਾਨ ਉਤਰ ਕੇ ਖੰਭੇ ਨਾਲ ਖੜ ਗਿਆ ਮੋਗਾ ਜਿਊਲਰ ਦੇ ਅੱਗੇ, ਤੇ ਜਦੋਂ ਇਹ ਪੌੜੀ ਚੜ੍ਹਨ ਨਹੀਂ ਲੱਗੀ ਉਹਨਾਂ ਦੀ ਦੁਕਾਨ ਤੇ, ਇਹਨਾਂ ਦਾ ਪਰਸ ਖੋ ਕੇ ਉਹ ਭੱਜ ਗਏ, ਤਾਂ ਇਹਨੇ ਵੀ ਪਿੱਛਾ ਕੀਤਾ ਕਾਰ ਦਾ ਹੈਂਡਲ ਫੜ ਕੇ, ਪਰ ਉਹ ਕਾਬੂ ਨੂੰ ਆਏ। ਫਿਰ ਸਾਡੇ PCR ਵਾਲੇ ਜਿਹੜੇ ਚੌਂਕ 'ਚ ਖੜ੍ਹੇ ਨੇ ਉਹਨਾਂ ਨੇ ਪਿੱਛਾ ਕੀਤਾ ਤਾਂ ਉਹਨਾਂ ਤੋਂ ਕਾਰ ਦਾ ਸਹੀ ਨੰਬਰ ਨਹੀਂ ਟਰੇਸ ਹੋਇਆ ਸੀ, ਜਿਹੜਾ ਕਿ ਬਾਅਦ 'ਚ ਨੰਬਰ ਜਦੋਂ ਸਹੀ ਟਰੇਸ ਹੋ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਗੱਡੀ ਜਿਹੜੀ ਹੈਗੀ ਹੈ ਕਿ ਇਹ ਰੋਡੇ ਪਿੰਡ ਦੀ ਹੈਗੀ ਹੈ। ਫਿਰ ਅਸੀਂ ਟੀਮਾਂ ਆਪਦੀਆਂ ਸਾਰੀਆਂ ਲਗਾਈਆਂ ਇਸ ਕੰਮ 'ਤੇ, ਅਤੇ ਦੋਨੇ ਮੇਰੇ SHO ਵੱਖ ਵੱਖ ਟੀਮਾਂ ਸਾਡੀਆਂ PCR ਦੀਆਂ ਸਾਰਿਆਂ ਨੇ ਲੱਗ ਕੇ, ਇਹ ਉੱਥੇ ਇੱਕ ਬੇਆਬਾਦ ਡੇਰਾ ਹੈਗਾ ਰੋਡੇ ਪਿੰਡ ਤੋਂ ਥੋੜ੍ਹਾ ਦੂਰ ਜਾ ਕੇ, ਉੱਥੋਂ ਇਹ ਕਾਰ ਸਮੇਤ ਦੋ ਬੰਦੇ ਕਾਬੂ ਕਰਤੇ ਨੇ। ਇੱਕ ਇਹਨਾਂ ਦੇ ਨਾਲ ਦਾ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਉਰਫ ਨਿੱਕਾ, ਉਹ ਹਜੇ ਫੜਨਾ ਬਾਕੀ ਹੈ। ਇਹਨਾਂ ਤੋਂ ਪੁੱਛਗਿੱਛ ਤੋਂ ਟੋਟਲ ਜਿਹੜੀ ਵਾਰਦਾਤ 'ਚ ਖੋਹੀ ਗਈ ਰਕਮ ਸੀ ਉਹ 34,000 ਰੁਪਏ ਸੀਗੇ, ਅਤੇ ਉਹਨਾਂ ਨੇ ਅਲੈਜ ਕੀਤਾ ਹੈ ਕਿ 2 ਚਾਂਦੀ ਦੀਆਂ ਚੇਨਾਂ ਸੀਗੀਆਂ, ਅਤੇ ਉਸ ਤੋਂ ਇਲਾਵਾ ਉਹਨਾਂ ਦੇ ਆਧਾਰ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਸੀਗੇ ਜੋ ਕਿ ਬਰਾਮਦ ਹੋ ਚੁੱਕੇ ਨੇ। 34,200 ਰੁਪਏ ਵਿੱਚੋਂ 22,000 ਰੁਪਏ ਬਰਾਮਦ ਜੋ ਤੁਹਾਡੇ ਸਾਹਮਣੇ ਪਿਆ ਹੈਗਾ, ਅਤੇ ਕਾਰ ਵੀ ਉਹਨਾਂ ਦੀ ਫੜ ਲਈ ਗਈ ਹੈ। ਇਸ ਵਿੱਚ ਮਤਲਬ SSP ਸਾਹਿਬ ਇਸ ਓਪਰੇਸ਼ਨ ਨੂੰ, ਸ਼੍ਰੀ ਵਿਵੇਕਸ਼ੀਲ ਸੋਨੀ ਸਾਹਿਬ ਇਸ ਓਪਰੇਸ਼ਨ ਨੂੰ ਮੋਨੀਟਰ ਕਰ ਰਹੇ ਸੀ, ਉਹ ਗਾਈਡੈਂਸ ਦੇ ਰਹੇ ਸੀਗੇ, ਗਾਈਡਲਾਈਨਸ ਦੇ ਰਹੇ ਸੀ, ਉਸ 'ਤੇ ਚੱਲਦੇ ਹੋਏ ਅਸੀਂ ਇਹ ਸਾਰੇ 'ਚ ਕਾਮਯਾਬ ਹੋਏ ਹਾਂ। ਅਤੇ ਇਹਦੇ 'ਚ ਜਿਹੜਾ ਇੱਕ ਦੋਸ਼ੀ ਫੜਨਾ ਰਹਿ ਗਿਆ ਉਹਦੀ ਅੱਜ ਜਿਹੜੇ ਇਹਨਾਂ ਨੂੰ ਪੇਸ਼ ਕਰਾਂਗੇ ਅਸੀਂ, ਇਹਨਾਂ ਦਾ ਹੋਰ ਰਿਮਾਂਡ ਲਵਾਂਗੇ, ਅਤੇ ਇਹਨਾਂ ਤੋਂ ਇਹ ਵੀ ਕਲੀਅਰ ਕਰਾਂਗੇ ਹੋਰ ਕਿਸੇ ਵਾਰਦਾਤ 'ਚ ਇਨਵੋਲਵਡ ਹੈਗੇ ਨੇ ਜਾਂ ਨਹੀਂ, ਅਤੇ ਇਹਨਾਂ ਦੇ ਤੀਸਰੇ ਜਿਹੜਾ ਸਾਥੀ ਆ ਉਹਨੂੰ ਵੀ ਫੜਨ ਦੀ ਕੋਸ਼ਿਸ਼ ਜਲਦੀ ਫੜ ਕੇ ਲਿਆਂਦਾ ਜਾਏ। ਸਰ, ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਆਇਆ? ਹਜੇ ਤੱਕ ਜੋ ਪੁੱਛਗਿੱਛ ਹੋਈ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਇਹਨਾਂ ਦੇ ਖਿਲਾਫ਼ ਕੋਈ ਪਰਚਾ ਨਹੀਂ ਹੈ। ਇਹ ਨਸ਼ੇ ਕਰਨ ਦੇ ਆਦੀ ਹੈ, ਇਹਨਾਂ ਨੇ ਜਿਹੜੇ ਪੈਸੇ ਜਿਹੜੇ ਹੈਗੇ ਨੇ ਉਹ ਨਸ਼ੇ 'ਚ ਹੀ ਲਾਏ ਨੇ, ਬਾਕੀ ਜਿਹੜੇ ਪੈਸੇ ਨੇ ਇਹਨਾਂ ਨੇ ਨਸ਼ਾ ਖਰੀਦਿਆ ਹੈਗਾ, ਉਹ ਨਸ਼ੇ ਦਾ ਜਿਹੜਾ ਹੈਗਾ ਉਹ ਵੀ ਕਾਬੂ ਅਸੀਂ ਕਰਾਂਗੇ ਜਲਦੀ ਕਾਬੂ। ਇਹ ਤਕਰੀਬਨ 2 ਤੋਂ 2.5 ਘੰਟੇ ਦੇ ਵਿੱਚ ਅਸੀਂ ਟਰੇਸ ਕਰ ਲਿਆ ਸੀ, ਪਰ ਇਸ ਐਕਚੁਅਲੀ ਮਿਸਕਨਸੈਪਸ਼ਨ ਹੋ ਗਈ, ਉਹ ਦੇਰ ਇਜ਼ ਮਤਲਬ ਕਮਿਊਨੀਕੇਸ਼ਨ ਗੈਪ ਰਹਿ ਗਿਆ। ਉਹ ਦੱਸ ਰਹੇ ਸੀ ਕਿ ਉਹ ਪਹਿਲਾਂ 7 ਲੱਖ ਦਾ ਉਹਨਾਂ ਦੀ ਕੋਲ ਲਿਮਿਟ ਸੀਗੀ, ਉਹਦੇ ਵਿੱਚੋਂ 4.5 ਲੱਖ ਉਹ 2 ਦਿਨ ਪਹਿਲਾਂ ਜਮ੍ਹਾਂ ਕਰਾ ਗਏ ਸੀ, 1.5 ਲੱਖ ਕੱਲ੍ਹ ਜਮ੍ਹਾਂ ਕਰਾਇਆ ਸੀ, ਉਸ ਤੋਂ ਬਾਅਦ ਉਹਦੇ ਕੋਲ ਜਿਹੜੇ ਬਚਦੇ ਸੀ ਉਹ 34,000 ਰੁਪਏ ਸੀ, ਜਿਸ ਤੋਂ ਕੁਛ ਰੁਪਏ ਉਹਨੇ ਸੁਨਿਆਰੇ ਦੇ ਦੇਣੇ ਸੀਗੇ, ਪਰ ਉਹ ਜਦੋਂ ਉਹਨਾਂ ਨੇ ਇਕੱਲੀ ਲਿਮਿਟ ਤੱਕ ਹੀ ਸੁਣਿਆ ਵੀ ਲਿਮਿਟ ਕਿੰਨੀ ਹੈਗੀ ਹੈ, ਉਸ ਕਰਕੇ ਇਹ ਫਾਲਸ ਕਮਿਊਨੀਕੇਸ਼ਨ ਕਨਵੇ ਹੋਈ ਅੱਗੇ ਵੀ 7 ਲੱਖ। ਇਹ 7 ਲੱਖ ਨਹੀਂ ਸੀਗਾ, 34,000 ਸੀਗਾ, ਜਿਸ 'ਚੋਂ 22,000 ਰੁਪਏ ਰਿਕਵਰ ਹੋ ਚੁੱਕਿਆ, ਅਤੇ ਬਾਕੀ ਵੀ ਅਸੀਂ ਜਲਦੀ ਕਰ ਲਾਂਗੇ। ਇਹ ਦੋਨੇ ਬੰਦੇ ਤਿੰਨੇ ਹੀ ਰਾਧਰ ਰੋਡੇ ਪਿੰਡ ਦੇ ਹੈਗੇ ਨੇ, ਅਤੇ ਇਹ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਪਰ ਨਸ਼ੇ ਕਰਨ ਦੇ ਆਦੀ ਨੇ, ਜਿਸ ਕਰਕੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ, ਕਿਉਂਕਿ ਇਹਨਾਂ ਕੋਲ ਪੈਸੇ ਨਹੀਂ ਸੀਗੇ, ਇਹਨਾਂ ਨੇ ਇਹ ਲੁੱਟਖੋ ਕਰਕੇ ਨਸ਼ੇ 'ਤੇ ਹੀ ਖਰੀਦਣਾ ਸੀ। ਸਰ, ਇਹ ਸੁਣਨ ਦੇ ਵਿੱਚ ਆਇਆ ਕਿਸੇ ਖੇਡ ਨਾਲ ਵੀ ਸੰਬੰਧਿਤ ਰੱਖਦੇ ਨੇ, ਸੰਬੰਧ ਰੱਖਦੇ ਨੇ? ਇਹਨਾਂ 'ਚੋਂ ਜੋ ਪਤਾ ਲੱਗਿਆ ਹੈਗਾ ਜਿਹੜੇ ਨੇ ਖੋ ਕੀਤੀ ਸੀਗੀ ਵਰਿੰਦਰ ਸਿੰਘ, ਉਹ ਕਬੱਡੀ ਖੇਡਦਾ ਹੈਗਾ, ਸਤਨਾਮ ਸਿੰਘ ਜਿਹੜਾ ਦੂਸਰਾ ਫੜਿਆ ਗਿਆ ਜਿਹੜਾ ਕਾਰ ਦਾ ਡਰਾਈਵਰ ਸੀ ਜਿਸ ਦੀ ਕਾਰ ਹੈ ਉਹ ਵੀ ਕਬੱਡੀ ਦਾ ਖਿਡਾਰੀ ਹੈਗਾ, ਪਰ ਇਹ ਛੋਟੇ ਲੈਵਲ ਦੇ ਕਬੱਡੀ ਦੇ ਪਲੇਅਰ ਨੇ, ਕੋਈ ਬਹੁਤੇ ਵੱਡੇ ਲੈਵਲ ਦੇ ਨਹੀਂ ਹੈਗੇ।